ਉਮੀਦ ਤਾਂ ਸੀ ਕੋਈ ਵੀ ਚੱਲ ਕੋਈ ਨਾ ਕੋਈ ਆਜੂ ਯਾਰ ਆਜੂ ਵੀ ਕਿਤੇ ਛੋਟਾ ਆਜੂ ਨਾਮ ਆਪਾਂ ਨੂੰ 10 ਲੱਖ ਦਾ ਹੀ ਆਜੂ। ਚਲੋ ਮਾਲਕ ਪਰਮਾਤਮਾ ਅਕਾਲ ਪੁਰਖ ਨੇ ਮੇਰਾ 1 ਨੰਬਰ ਦਾ ਹੀ ਲਾਤਾ ਨਾਮ। ਹਾਂ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਜੀ। ਇਹ ਸਾਰਾ ਕੱਟ ਕਟਾ ਕੇ 1 ਕਰੋੜ ਤੇ 75 ਲੱਖ ਰੁਪਇਆ ਦੇਣਗੇ, ਪਰਮਾਤਮਾ ਨੇ ਸੁਣ ਲਈ। ਬਠਿੰਡਾ ਦੇ ਪਿੰਡ ਪੱਤੀ ਕਰਮਚੰਦ ਮਹਿਰਾਜ ਦੇ ਰੋਸ਼ਨ ਸਿੰਘ ਦੀ 2.5 ਕਰੋੜ ਦੀ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ ਨਿਕਲੀ ਹੈ। ਰੋਸ਼ਨ ਸਿੰਘ ਪਿੰਡ ਵਿੱਚ ਹੀ ਕੱਪੜੇ ਦੀ ਦੁਕਾਨ ਚਲਾਉਂਦੇ ਨੇ। 30 ਸਾਲ ਤੋਂ ਵੱਧ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ ਰੋਸ਼ਨ ਨੇ ਦੱਸਿਆ ਕਿ ਉਹਨਾਂ ਨੂੰ ਵਿਸਾਖੀ ਬੰਪਰ ਨਿਕਲਣ ਬਾਰੇ ਪਤਾ ਕਿਵੇਂ ਲੱਗਿਆ। ਅਤੇ ਰਸਤੇ 'ਚ ਮੈਂ ਜਾਂਦਾ ਸੀਗਾ ਆਪਦੇ ਸ਼ੋਪ ਨੂੰ, ਇੱਥੋਂ ਮੈਨੂੰ ਉਹਨਾਂ ਦਾ ਫੋਨ ਆਇਆ ਜੀ ਲਾਟਰੀ ਉਹਨਾਂ ਦਾ ਮਤਲਬ ਆਪਣਾ ਜਿਹੜਾ ਮੁੰਡਾ ਡੀਲਰ ਆ ਇੱਥੇ ਜਿਹੜਾ ਲਾਟਰੀ ਵਾਲਾ, ਉਹ ਕਹਿੰਦਾ ਜੀ ਤੁਹਾਡਾ ਐਂ ਕਰਕੇ ਨੰਬਰ ਲੱਗਿਆ ਜੀ। ਮੈਂ ਜੀ ਕੋਈ ਗੱਲ ਨਹੀਂ, ਮੈਂ ਦੁਕਾਨ 'ਤੇ ਜਾਂਦਾ, ਮੈਂ ਕਿਹਾ ਹੁਣ ਤੁਸੀਂ ਮੇਰੇ ਨਾਲ ਗੱਲ ਨਾ ਕਰੋ, ਮੈਂ ਰਸਤੇ 'ਚ ਤੁਰਿਆ ਜਾਂਦਾ। ਚਲੋ ਜਦੋਂ ਦੁਕਾਨ 'ਤੇ ਮੈਂ ਬੇਟੇ ਨੂੰ ਫੜਾਤਾ ਫੋਨ, ਮੈਂ ਕਿਹਾ ਵੀ ਕਿਰਾਂ ਦਾ ਬੰਦਾ ਪ੍ਰਭਾਵ ਜਾਂ ਤਾਂ ਹੋ ਹੀ ਜਾਂਦਾ ਵੀ ਆਹ ਕੀ ਹੈ ਯਾਰ, ਕਿਸੇ ਨੇ ਚਿਹੇੜ ਕਰਤੀ ਜਾਂ ਕੋਈ ਐਂ, ਪਹਿਲਾਂ ਤਾਂ ਚਿਹੇੜ ਜੀ ਗੱਲ ਹੀ ਲੱਗਦੀ ਹੈ ਜੀ ਜਦੋਂ ਪਹਿਲਾਂ ਫੋਨ ਕਰਦਾ ਅਗਲਾ, ਵੀ ਕਿਸੇ ਯਾਰ ਦੋਸਤ ਦਾ ਫੋਨ ਨਵਾਂ ਫੋਨ ਲਿਆ ਹੋਣਾ ਉਹਨੇ ਨੰਬਰ ਉਹਦਾ ਕਰਕੇ, ਮੈਂ ਕਿਹਾ ਕਿਸੇ ਨੇ ਚਿਹੇੜ ਕਰਤੀ। ਚੱਲ ਮੈਂ ਕਿਹਾ ਪੁੱਛੀ ਬੇਟਾ, ਮੈਂ ਕਿਹਾ ਕੌਣ ਬੋਲਦਾ, ਮੈਂ ਕਿਹਾ ਤੁਸੀਂ ਉਸ ਹਿਸਾਬ ਨਾਲ। ਫਿਰ ਉਹਨਾਂ ਨੇ ਦੱਸਿਆ ਸਾਨੂੰ ਵੀ ਅਸੀਂ ਐਂ ਕਰਕੇ ਰਾਮਪੁਰਾ ਫੂਲ ਤੋਂ ਬੋਲਦੇ ਹਾਂ ਜੀ, ਹੈ ਜੀ ਜੀ ਐੱਸ ਪੰਜਾਬ ਲਾਟਰੀ ਉਹ ਵਾਲੇ, ਅਤੇ ਉਹ ਤੁਹਾਡਾ ਨੰਬਰ ਲੱਗਿਆ ਅਤੇ ਅਸੀਂ ਸੁਬਾਹ ਆਵਾਂਗੇ ਤੁਹਾਨੂੰ 8 ਵਜੇ, 8:15 ਉਹ ਉੱਥੇ ਪਹੁੰਚ ਗਏ ਮੇਰੇ ਕੋਲ। 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਲਾਟਰੀ ਨਿਕਲਣ ਦੀ ਉਮੀਦ ਨੇ ਹੀ ਰੋਸ਼ਨ ਨੂੰ ਲਗਾਤਾਰ ਇਸ ਕੋਸ਼ਿਸ਼ ਵੱਲ ਤੋਰੀ ਰੱਖਿਆ। ਮੈਂ ਜਦੋਂ 87 ਦੇ ਵਿੱਚ ਮੈਟ੍ਰਿਕ ਕੀਤੀ ਹੈ, 10ਵੀਂ ਪਾਸ ਕੀਤੀ ਹੈ, 10ਵੀਂ ਤੋਂ ਬਾਅਦ ਵੀ ਮੈਂ ਕੱਪੜੇ ਦੀ ਦੁਕਾਨ 'ਤੇ ਲੱਗ ਗਿਆ ਸੀਗਾ ਜੀ। ਉਦੋਂ ਤੋਂ ਮੈਂ 18 ਸਾਲ ਨੌਕਰੀ ਕੀਤੀ ਹੈ। ਮੈਂ 1988 ਤੋਂ ਲਗਾਤਾਰ ਹੀ ਇਹ ਲਾਟਰੀ ਪਾਉਂਦਾ ਤੁਰਿਆ ਆ ਰਿਹਾ। ਪਹਿਲਾਂ 100-200 ਰੁਪਇਆ ਕਈ ਵਾਰੀ ਨਿਕਲ ਆਉਂਦਾ ਸੀਗਾ, ਐਂ ਕਹਿੰਦੇ ਸੀ ਵੀ ਚੱਲ ਯਾਰ ਜਿੰਨੇ ਲੱਗੇ ਆ ਉਨੇ ਵਾਪਸ ਆ ਗਏ, ਹੈਂ ਚੱਲ ਉਹ ਗਾਹਾਂ ਵਾਲੀ ਦੇ ਆ ਗਏ, ਚਾਹਾਂ ਵਾਲੀ ਦੇ ਆ ਗਏ, ਐਂ ਜੇ ਸੈਟਲਮੈਂਟ ਜੀ ਕਰਕੇ ਵੀ ਚੱਲ ਕੋਈ ਗੱਲ ਨਹੀਂ ਬਰਾਬਰ ਹੋ ਗਏ ਸਹੀ, ਕੋਈ ਵੱਡਾ ਨਾਮ ਨਹੀਂ ਹੈ। ਜਦੋਂ ਬੰਦੇ ਦੇ ਮਨ 'ਚ ਇਹ ਹੁੰਦੀ ਹੈ ਵੀ ਯਾਰ ਮੇਰਾ ਫਲਾਨਾ ਕੰਮ ਹੋ ਜੂਗਾ, ਫਲਾਨਾ ਕੰਮ ਹੋ ਜੂਗਾ, ਇਸ ਕਰਕੇ ਬੰਦੇ ਦੇ ਮਨ 'ਚ ਇਹ ਹੁੰਦਾ ਵੀ ਚੱਲ ਪਾ ਦਿੰਦੇ ਹਾਂ ਯਾਰ, ਕੋਈ ਨਹੀਂ ਇੰਨੇ ਕੁ ਪੈਸੇ ਹੀ ਹੈ। ਐਂ ਦੂਸਰੀ ਗੱਲ ਇਹ ਸੀ ਵੀ ਮੇਰਾ 18 ਸਾਲ ਤੋਂ ਬਾਅਦ ਜਦੋਂ ਮੈਂ ਇੱਥੇ ਆਪਦਾ ਕਾਰੋਬਾਰ ਕਰ ਲਿਆ, 18 ਸਾਲ ਤੋਂ ਬਾਅਦ ਮੈਂ ਆਪਦੀ ਕੱਪੜੇ ਦੀ ਦੁਕਾਨ ਕਰ ਲਈ, ਉਹਦੇ ਵਿੱਚ ਮੇਰਾ ਮਿਹਨਤੀਆਂ ਦਾ ਕੰਮ ਸੀਗਾ, ਜਿਵੇਂ ਘਰਾਂ ਦੀ ਮਿਣਤੀ ਕਰਨੀ, ਸਕੁਅਰ ਫੁੱਟ ਕੱਢ ਕੇ ਗਰਾਊਂਡ ਦੇਣੀ। ਜਿਹੜਾ 100-200 ਮੇਰਾ ਆਉਂਦਾ ਸੀ ਉਹ ਮੇਰਾ ਦੁਕਾਨ ਤੋਂ ਸੈਪਰੇਟ ਸੀਗਾ, ਉਹਦਾ ਕਰਕੇ ਵੀ ਚੱਲ ਯਾਰ ਇਹ ਤਾਂ ਇੱਧਰੋਂ ਆ ਜਾ ਇੱਧਰ ਫੜਾ ਦਿੰਦੇ ਹਾਂ। ਉਹ ਇਸ ਕਰਕੇ ਵੀ ਲਾਟਰੀਆਂ ਤਾਂ ਮੈਂ ਵੱਧ ਪਾਉਂਦਾ ਰਿਹਾ ਜੀ। ਜਦੋਂ ਕਿਤੇ ਪੰਜਾਬ ਗੌਰਮੈਂਟ ਦੀ ਲਾਟਰੀ ਆਉਂਦੀ ਸੀ ਮੈਂ ਉਦੋਂ ਲਾਜ਼ਮੀ ਪਾਉਂਦਾ ਹੀ ਪਾਉਂਦਾ ਸੀ। ਜਦੋਂ ਆਪਾਂ ਉਮੀਦਾਂ ਰੱਖ ਕੇ ਚੱਲਦੇ ਹਾਂ ਫੇਰ ਹੀ ਬੰਦਾ ਜਿਉਂਦਾ ਜੀ। 2.5 ਕਰੋੜ ਦੇ ਵਿਸਾਖੀ ਬੰਪਰ 'ਚੋਂ ਟੈਕਸ ਦੀ ਕਟੌਤੀ ਤੋਂ ਬਾਅਦ ਉਹਨਾਂ ਮੁਤਾਬਕ 1.75 ਕਰੋੜ ਰੁਪਏ ਹੀ ਮਿਲਣਗੇ। ਰੋਸ਼ਨ ਅਤੇ ਉਹਨਾਂ ਦੀ ਪਤਨੀ ਇਹ ਵੀ ਦੱਸਦੇ ਨੇ ਕਿ ਇਸ ਜੇਤੂ ਰਾਸ਼ੀ ਦਾ ਉਹ ਕੀ ਕਰਨਗੇ। ਮੇਰੇ ਮਤਲਬ 3 ਬੱਚੇ ਆ ਜੀ, ਵੱਡੀ ਬੇਟੀ ਆ, ਬੇਟੀ BSc MSc ਕਮਿਸਟਰੀ ਕੀਤੀ ਹੋਈ ਹੈ ਉਹਨਾਂ ਦੀ, ਉਹ ਫਤਿਹ ਕਾਲਜ ਦੇ ਵਿੱਚ ਪੜ੍ਹਾਉਂਦੇ ਨੇ ਉੱਥੇ ਆਪਣੇ ਰਾਮਪੁਰਾ ਫੂਲ। ਅਤੇ ਹੁਣ ਵਿਆਹ ਵੂ ਕਰਾਂਗੇ ਜੀ, ਬੱਚੇ ਦੂਸਰੇ ਵੀ ਦੂਜੇ ਬੇਟੇ ਦੀ BM ਕੀਤੀ, ਉਹਦੀ ਕੀਤੀ BCOM ਕੀਤੀ ਹੋਈ ਆ, ਅਤੇ ਤੀਜੇ ਬੇਟੇ ਦੀ ਇੰਜੀਨੀਅਰ ਕੀਤੀ ਹੋਈ ਡਿਪਲੋਮਾ ਸਿਵਲ ਦਾ, ਉਹ ਵੀ ਹੈ ਬੇਰੁਜ਼ਗਾਰ ਹੀ ਸਾਰੇ ਸਮਝ ਲਓ ਜੀ, ਪ੍ਰਾਈਵੇਟ ਨੌਕਰੀਆਂ 'ਚ ਤਾਂ ਕੀ ਮਿਲਦਾ ਗਾ, ਉਹ ਤਾਂ 1 ਟਾਈਮ ਪਾਸ ਜਾਈ ਆ। ਸਾਨੂੰ ਐਂ ਵੀ ਚਲੋ ਜੇ ਸਰਕਾਰੀ ਨੌਕਰੀ ਮਿਲ ਗਈ ਤਾਂ ਸਰਕਾਰੀ ਨਹੀਂ ਭਾਈ, ਆਪਦਾ ਕੋਈ ਪ੍ਰਾਈਵੇਟ ਕੋਈ ਹੋਰ ਆਪਦਾ ਬਿਜ਼ਨਸ ਕਰ ਲਵਾਂਗੇ ਜੀ। ਅਸੀਂ ਕੋਈ ਬਿਜ਼ਨਸ ਤੋਰਾਂਗੇ ਜੀ, ਬੱਚਿਆਂ ਨੂੰ ਹੋਰ ਪੜ੍ਹਾ ਲਿਖਾ ਲਵਾਂਗੇ ਅਤੇ ਹੋਰ ਕਾਰੋਬਾਰ ਕਰ ਲਵਾਂਗੇ। ਰੋਸ਼ਨ ਦੀ ਪਤਨੀ ਇਹ ਵੀ ਦੱਸਦੇ ਨੇ ਕਿ ਉਹਨਾਂ ਕਈ ਵਾਰ ਆਪਣੇ ਪਤੀ ਨੂੰ ਲਾਟਰੀ ਪਾਉਣ ਤੋਂ ਰੋਕਿਆ ਪਰ ਉਹ ਮੱਲੋ ਮੱਲੀ ਲਾਟਰੀ ਪਾਉਂਦੇ ਰਹੇ।
ਉਮੀਦ ਤਾਂ ਨਹੀਂ ਸੀਗੀ ਜੀ। ਕਹਿੰਦੇ ਸੀ ਵੀ ਅਸੀਂ ਵੀ ਵੀ ਤੁਸੀਂ ਕਿਉਂ ਪੈਸਾ ਬਰਬਾਦ ਕਰਦੇ ਹੋ, ਨਿਕਲਦੀ ਤਾਂ ਹੈ ਨਹੀਂ, ਵੀ ਤੁਸੀਂ ਨਾ ਪਾਇਆ ਕਰੋ। ਪਰ ਪਾ ਆਉਂਦੇ ਸੀਗੇ ਵੀ, ਮੱਲੋ ਮੱਲੀ ਪਾ ਆਉਂਦੇ ਸੀ। ਹਾਂ, ਲੱਡੂ ਖਾਈ ਜਾਂਦੇ ਜੀ ਵੱਡੇ ਦੇ। ਹਜੇ ਤਾਂ ਕੁਛ ਨਹੀਂ ਜੀ, ਜਿੰਨਾ ਚਿਰ ਅਕਾਊਂਟ 'ਚ ਨਹੀਂ ਪੈਸੇ ਪੈਂਦੇ ਉਨਾ ਚਿਰ ਕੋਈ ਗੱਲ ਨਹੀਂ ਜੀ। ਸਾਢੇ 3 ਮਹੀਨਿਆਂ ਨੂੰ ਸੋਚਾਂਗੇ ਵੀ ਕੀ ਕਾਰੋਬਾਰ ਕਰਨਾ, ਕਿਵੇਂ ਕਰਨਾ, ਕਿਵੇਂ ਇਹਨਾਂ ਦੀ ਡਿਵਾਈਡੇਸ਼ਨ ਕਰਨੀ ਹੈ।